ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕੀਤਾ ਹੈ ਮਨਪ੍ਰੀਤ ਸਿੰਘ ਬਾਦਲ ਤੇ ਦਰਸਲ ਭਾਜਪਾ ਦੇ ਵਿੱਚ ਨਵੇਂ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਅੱਜ ਕੱਲ ਬਹੁਤ ਸ਼ਾਇਰੋ ਸ਼ਾਇਰੀ ਕਰਦੇ ਹੋਏ ਸ਼ੇਰੋ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਜੋ ਉਹਨਾਂ ਦਾ ਉਹ ਅੰਦਾਜ਼ ਹੈ ਉਸ ਦੇ ਵਿੱਚ ਸੀਐਮ ਮਾਨ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆਏ ਸੀਗੇ ਉਹਨਾਂ ਨੇ ਸਾਫ ਤੌਰ ਤੇ ਕਿਹਾ ਸੀਗਾ ਕਿ ਭਗਵੰਤ ਮਾਨ ਤੈਨੂੰ ਇਹ ਸ਼ੱਕ ਨਾ ਰਹਿ ਜਾਵੇ ਕਿ ਮੈਂ ਸੀਐਮ ਬਣਿਆ ਸੀਗਾ ਤੇ ਮਨਪ੍ਰੀਤ ਬਾਦਲ ਦਾ ਕੁਛ ਵਿਗਾੜ ਨਹੀਂ ਸਕਿਆ ਤੁਹਾਨੂੰ ਦੱਸ ਦਿੰਦੇ ਹਾਂ ਮਾਨ ਨੂੰ ਸਿੱਧੀ ਲਲਕਾਰ ਕਰਦੇ ਹੋਏ ਕਿਹਾ ਸੀਗਾ ਮਨਪ੍ਰੀਤ ਬਾਦਲ ਨੇ ਕਿ ਤੁਸੀਂ ਜੋ ਕਰਨਾ ਹੈ ਕਰ ਲਵੋ ਜਿੱਥੋਂ ਤੱਕ ਤੁਹਾਡੀ ਹੈਸੀਅਤ ਹੈ ਉੱਥੋਂ ਤੱਕ ਤੁਸੀਂ ਮਨਪ੍ਰੀਤ ਬਾਦਲ ਦਾ ਨੁਕਸਾਨ ਕਰ ਲਵੋ ਹੁਣ ਉਸ ਦਾ ਜਵਾਬ ਜਿਹੜਾ ਹੈ ਉਹ ਸੀਐਮ ਮਾਨ ਦੇ ਵੱਲੋਂ ਦਿੱਤਾ ਗਿਆ ਹੈ ਪਹਿਲਾਂ ਦੇਖੋ ਕਿ ਮਨਪ੍ਰੀਤ ਬਾਦਲ ਨੇ ਕੀ ਸਵਾਲ ਖੜਾ ਕੀਤਾ ਸੀਗਾ ਜਿਸ ਦਾ ਜਵਾਬ ਸੀਐਮ ਮਾਨ ਨੇ ਦਿੱਤਾ ਕਿ ਭਗਵੰਤ ਨਾ ਤਾਂ ਮੈਂ ਤੇਥੋਂ ਡਰਦਾ ਤੇ ਨਾ ਮੈਂ ਤੇਰੀ ਵਿਜੀਲੈਂਸ ਤੋਂ ਡਰਦਾ ਪਰ ਭਗਵੰਤ ਮੈਂ ਤੈਨੂੰ ਨਸੀਹਤ ਵੀ ਕਰੂੰਗਾ ਕਿ ਜਿੰਨੀ ਤੇਰੀ ਹੈਸੀਅਤ ਹੈ ਔਰ ਜਿੰਨੀ ਤੇਰੀ ਔਕਾਤ ਹੈ ਤੇਰੇ ਮਨ 'ਚ ਨਾ ਰਹਿ ਜਾਏ ਯਾਰ ਕਿ ਮੈਂ ਸੀਐਮ ਬਣਿਆ ਸੀ ਅਤੇ ਮੈਂ ਮਨਪ੍ਰੀਤ ਦਾ ਨੁਕਸਾਨ ਨਹੀਂ ਕਰ ਸਕਿਆ ਜਾਂ ਮਨਪ੍ਰੀਤ ਨੂੰ ਮੈਂ ਬਰਬਾਦ ਨਹੀਂ ਕਰ ਸਕਿਆ ਤੁਸੀਂ ਦੇਖਿਆ ਇਹ ਮਨਪ੍ਰੀਤ ਬਾਦਲ ਦਾ ਉਹ ਬਿਆਨ ਸੀਗਾ ਜਿਸ ਦੇ ਬਿਆਨ ਦੇ ਸੰਦਰਭ ਦੇ ਵਿੱਚ ਜਵਾਬ ਆਇਆ ਹੈ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਟਵੀਟ ਕਰਕੇ ਸ਼ੇਰੋ ਸ਼ਾਇਰੀ ਕਰਦੇ ਹੋਏ ਸੀਐਮ ਮਾਨ ਵੀ ਨਜ਼ਰ ਆਏ ਨੇ ਭਗਵੰਤ ਮਾਨ ਨੇ ਲਿਖਿਆ ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਣਾਂ ਨਾ ਦਿਓ ਮੈਨੂੰ ਤੁਹਾਡੇ ਬਾਗਾਂ ਦੇ ਇਕੱਲੇ ਇਕੱਲੇ ਕਿੰਨੂ ਦਾ ਪਤਾ ਹੈ ਆਪਣੀ ਗੱਡੀ ਆਪ ਚਲਾਉਣਾ ਟੋਲ ਟੈਕਸ ਦੇਣਾ ਇਹ ਸਭ ਡਰਾਮੇ ਨੇ ਤੁਹਾਡੀ ਭਾਸ਼ਾ ਸ਼ੇਅਰ ਹਾਜ਼ਰ ਹੈ ਜਵਾਬ ਦੀ ਉਡੀਕ ਰਹੇਗੀ ਥੱਲੇ ਲਿਖਿਆ ਹੈ ਤੂੰ ਇਧਰ ਉਧਰ ਕੀ ਨਾ ਬਾਤ ਕਰ ਯੇ ਬਤਾ ਕਿ ਕਾਫਲਾ ਕਿਉਂ ਲੁਟਾ ਮੁਝੇ ਰਹਿਜ਼ਨੋਂ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ ਯਾਨੀ ਕਿ ਇਹ ਟਵੀਟ ਕੀਤਾ ਗਿਆ ਹੈ ਸੀਐਮ ਮਾਨ ਦੇ ਵੱਲੋਂ ਤੇ ਇੱਕ ਤੰਜ ਭਰੇ ਲਹਿਜੇ ਦੇ ਵਿੱਚ ਜਵਾਬ ਮੰਗਿਆ ਗਿਆ ਹੈ ਮਨਪ੍ਰੀਤ ਸਿੰਘ ਬਾਦਲ ਤੋਂ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟਿਡ ਕਰਵਾਓ ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਨੇ ਆ 9868 98625 ਸਮੱਸਿਆ ਜਿਵੇਂ ਲਵ ਮੈਰਿਜ ਮਨਚਾਇਆ ਪਿਆਰ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ ਕਾਰੋਬਾਰ ਦਾ ਨਾ ਚੱਲਣਾ ਗ੍ਰਹਿ ਕਲੇਸ਼ ਵਿਆਹ ਦੇ ਲਈ ਮਾਂ ਬਾਪ ਦੀ ਮਨਜ਼ੂਰੀ ਪਤੀ ਪਤਨੀ ਦੇ ਵਿੱਚ ਅਣਬਣ ਵਿਦੇਸ਼ ਦੇ ਵਿੱਚ ਪੱਕਾ ਹੋਣਾ ਕੋਰਟ ਕਚਹਿਰੀ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਵਾਲ ਪੁੱਛਣ ਦੀ ਕੋਈ ਫੀਸ ਨਹੀਂ ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ ਪਤਾ ਲੁਧਿਆਣਾ ਨੰਬਰ ਨੋਟ ਕਰੋ 9878 98625